ਇਸ ਰੂਹ ਕੰਬਾਊ ਘਟਨਾ ਨੂੰ ਸੁਣ ਕੇ ਸਰੀਰ ਉੱਤੇ ਲੂ ਕੰਡੇ ਖੜੇ ਹੋ ਜਾਂਦੇ ਹਨ। ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੁਰਜੀਤ ਸਿੰਘ ਦੱਸਦਾ ਹੈ ਕਿ ਮੇਰਾ ਜਨਮ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ ਤੇ ਮੇਰੇ ਦਾਦੇ ਪੜਦਾਦਿਆਂ ਤੋਂ ਲੈ ਕੇ ਮੇਰੇ ਪਿਓ ਤੱਕ ਸਭ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਜਦੋਂ ਮੈਂ ਛੋਟਾ ਸੀ ਤਾਂ ਘਰ ਵਾਲਿਆਂ ਨੇ ਮੇਰੇ ਵੀ ਕੇਸਾਂ ਨੂੰ ਕੈਂਚੀ ਨਾਲ ਲਗਵਾਈ ਤੇ ਮੇਰਾ ਵੀ ਜੂੜਾ ਰੱਖਿਆ ਹੋਇਆ ਸੀ। ਪਰ ਸਕੂਲ ਦੇ ਵਿੱਚ ਪੜ੍ਹਦੇ ਸਮੇਂ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਕੇਸ ਕਤਲ ਕਰਵਾ ਦਿੱਤੇ ਕਿਉਂਕਿ ਮੇਰਾ ਗੁਰਬਾਣੀ ਤੇ ਪਾਠ ਦੇ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ। ਪੜ੍ਹਾਈ ਕਰਨ ਤੋਂ ਬਾਅਦ ਮੇਰਾ ਵਿਆਹ ਘਰ ਵਾਲਿਆਂ ਨੇ ਉਸ ਕੁੜੀ ਦੇ ਨਾਲ ਕਰ ਦਿੱਤਾ ਜਿਹੜੀ ਕਿ ਧਾਰਮਿਕ ਵਿਚਾਰਾਂ ਵਾਲੀ ਸੀ, ਕਿਉਂਕਿ ਘਰ ਵਾਲਿਆਂ ਨੂੰ ਏਦਾਂ ਲੱਗਦਾ ਸੀ ਕਿ ਸ਼ਾਇਦ ਸਾਡੀ ਨੂੰ ਇਸ ਨੂੰ ਸੁਧਾਰ ਦੇਵੇਗੀ। ਪਰ ਧਾਰਮਿਕ ਕੰਮਾਂ ਨੂੰ ਲੈ ਕੇ ਮੇਰੇ ਮਨ ਦੇ ਵਿੱਚ ਇੰਨਾ ਜ਼ਹਿਰ ਭਰਿਆ ਹੋਇਆ ਸੀ ਕਿ ਮੈਨੂੰ ਗੁਰਦੁਆਰੇ ਦੇ ਨਾਂ ਤੋਂ ਹੀ ਚਿੜ ਆਉਂਦੀ ਸੀ। ਕੇਸ ਕਤਲ ਕਰਵਾਉਣ ਤੋਂ ਬਾਅਦ ਮੈਂ ਕਦੇ ਵੀ ਗੁਰਦੁਆਰਾ ਸਾਹਿਬ ਨਹੀਂ ਗਿਆ ਸੀ। ਪਰ ਇੱਕ ਦਿਨ ਮੇਰੀ ਪਤਨੀ ਮੈਨੂੰ ਜ਼ਬਰਦਸਤੀ ਗੁਰਦੁਆਰੇ ਸਾਹਿਬ ਲੈ ਗਈ। ਉਸਦਾ ਕਹਿਣਾ ਇਹ ਸੀ ਕਿ ਤੁਸੀਂ ਭਾਵੇਂ ਮੱਥਾ ਨਾ ਟੇਕਿਓ, ਬਸ ਇੱਕ ਵਾਰੀ ਮੇਰੇ ਨਾਲ ਗੁਰਦੁਆਰੇ ਸਾਹਿਬ ਚੱਲ ਪਵੋ। ਤੇ ਮੱਥਾ ਨਾ ਟੇਕਣ ਦੀ ਸ਼ਰਤ ਤੇ ਮੈਂ ਉਸ ਨਾਲ ਗੁਰਦੁਆਰੇ ਸਾਹਿਬ ਚੱਲ ਪਿਆ। ਜਦੋਂ ਅਸੀਂ ਗੁਰਦੁਆਰੇ ਸਾਹਿਬ ਦੇ ਅੰਦਰ ਪਹੁੰਚੇ ਮੈਂ ਕੀ ਦੇਖਦਾ ਹਾਂ ਕਿ ਗੁਰਦੁਆਰੇ ਸਾਹਿਬ ਦੀ ਉਚਾਈ ਬਹੁਤ ਜ਼ਿਆਦਾ ਸੀ। ਤਾਂ ਮੈਂ ਆਪਣੀ ਪਤਨੀ ਨੂੰ ਵੀ ਮੱਥਾ ਨਾ ਟੇਕਣ ਦਿੱਤਾ ਤੇ ਉਸ ਨੂੰ ਸਿੱਧਾ ਗੁਰਦੁਆਰੇ ਤੇ ਉੱਤੇ ਲੈ ਗਿਆ। ਉੱਤੇ ਪਹੁੰਚ ਕੇ ਜਦੋਂ ਮੈਂ ਥੱਲੇ ਵੱਲ ਝਾਤੀ ਮਾਰੀ ਤਾਂ ਥੱਲੇ ਤੁਰਦੀ ਫਿਰਦੀ ਸੰਗਤ ਮੈਨੂੰ ਕੀੜੀਆਂ ਵਾਂਗ ਦਿਖਾਈ ਦੇ ਰਹੀ ਸੀ ਤੇ ਗੁਰਦੁਆਰੇ ਸਾਹਿਬ ਦੇ ਠੀਕ ਥੱਲੇ ਇੱਕ ਸਰੋਵਰ ਸੀ ਜਿਹੜਾ ਕਿ ਉੱਤੋਂ ਨਿੱਕਾ ਜਿਹਾ ਦਿਖਾਈ ਦੇ ਰਿਹਾ ਸੀ। ਮੇਰੇ ਦਿਲ ਦੇ ਵਿੱਚ ਇੰਨਾ ਹੰਕਾਰ ਭਰਿਆ ਹੋਇਆ ਸੀ ਤੇ ਮੈਂ ਉੱਥੇ ਆਈ ਸੰਗਤ ਨੂੰ ਵੀ ਪਖੰਡੀ ਸਮਝਦਾ ਸੀ ਤੇ ਇਸ ਗੱਲ ਨੂੰ ਸਬੂਤ ਕਰਨ ਦੇ ਲਈ ਮੈਂ ਉੱਥੇ ਦੀ ਸੰਗਤ ਨੂੰ ਉੱਚੀ ਆਵਾਜ਼ ਦੇ ਵਿੱਚ ਬੋਲਿਆ ਕਿ ਤੁਸੀਂ ਸਾਰੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਹੋ, ਜਿਹੜਾ ਕਿ ਇਹਨਾਂ ਗੁਰਦੁਆਰਿਆਂ ਦੇ ਵਿੱਚ ਆ ਕੇ ਆਪਣਾ ਸਮਾਂ ਬਰਬਾਦ ਕਰਦੇ ਹੋ, ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਗੁਰਦੁਆਰਿਆਂ ਦੇ ਵਿੱਚ ਰੱਬ ਹੁੰਦਾ ਹੈ ਤਾਂ ਇਸ ਗੱਲ ਦਾ ਮੈਨੂੰ ਸਬੂਤ ਕਰਕੇ ਦਿਖਾਓ। ਜਿਹਨੂੰ ਵੀ ਏਦਾਂ ਲੱਗਦਾ ਹੈ ਕਿ ਗੁਰਦੁਆਰੇ ਦੇ ਵਿੱਚ ਰੱਬ ਹੁੰਦਾ ਹੈ ਉਹ ਇਸ ਗੁਰਦੁਆਰੇ ਸਾਹਿਬ ਤੋਂ ਛਾਲ ਮਾਰ ਕੇ ਦਿਖਾਵੇ। ਜੇਕਰ ਉਸ ਆਦਮੀ ਦੇ ਰੱਬ ਨੇ ਉਸ ਨੂੰ ਬਚਾ ਲਿਆ ਤਾਂ ਮੈਂ ਆਪਣੀ ਇਸਤਰੀ ਦਾ ਹੱਥ ਉਸ ਦੇ ਹੱਥਾਂ ਦੇ ਵਿੱਚ ਦੇ ਦੇਵਾਂਗਾ। ਮੇਰੇ ਅੰਦਰ ਇੰਨਾ ਹੰਕਾਰ ਭਰਿਆ ਹੋਇਆ ਸੀ ਕਿ ਮੈਂ ਆਪਣੀ ਪਤਨੀ ਨੂੰ ਹੀ ਦਾਅ ਤੇ ਲਗਾ ਦਿੱਤਾ। ਪਰ ਮੈਨੂੰ ਇਸ ਗੱਲ ਦਾ ਵੀ ਪੂਰਾ ਪਤਾ ਸੀ ਕਿ ਇੰਨੇ ਉੱਪਰੋਂ ਛਾਲ ਮਾਰ ਕੇ ਆਦਮੀ ਕਦੇ ਵੀ ਨਹੀਂ ਬਚ ਸਕਦਾ, ਕਿਉਂਕਿ ਗੁਰਦੁਆਰੇ ਦੇ ਥੱਲੇ ਭਾਵੇਂ ਸਰੋਵਰ ਹੈ ਪਰ ਇੰਨੀ ਉਚਾਈ ਤੋਂ ਜਦੋਂ ਕੋਈ ਪਾਣੀ ਦੇ ਵਿੱਚ ਡਿੱਗਦਾ ਹੈ ਤਾਂ ਪਾਣੀ ਵੀ ਪੱਥਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਮੇਰੀ ਇਸ ਗੱਲ ਨੂੰ ਸੁਣ ਕੇ ਉੱਥੇ ਖੜੀ ਸਾਰੀ ਸੰਗਤ ਨੇ ਆਪਣੇ ਮੂੰਹਾਂ ਦੇ ਉੱਤੇ ਹੱਥ ਕਰ ਲਏ ਪਰ ਕੋਈ ਵੀ ਛਾਲ ਮਾਰਨ ਦੇ ਲਈ ਅੱਗੇ ਨਾ ਆਇਆ। ਮੇਰੀ ਪਤਨੀ ਰੱਬ ਨੂੰ ਮੰਨਣ ਵਾਲੀ ਸੀ ਤੇ ਉਹ ਚੁੱਪਚਾਪ ਖੜੀ ਦੇਖਦੀ ਰਹੀ ਕਿਉਂਕਿ ਉਸਨੇ ਸਭ ਕੁਝ ਰੱਬ ਉੱਤੇ ਛੱਡਿਆ ਹੋਇਆ ਸੀ। ਛਾਲ ਮਾਰਨ ਦੇ ਲਈ ਜਦੋਂ ਕੋਈ ਅੱਗੇ ਨਾ ਆਇਆ ਤਾਂ ਇਹ ਦੇਖ ਕੇ ਮੇਰਾ ਹਾਸਾ ਨਿਕਲ ਗਿਆ ਤੇ ਮੈਂ ਉੱਚੀ ਉੱਚੀ ਹੱਸਣ ਲੱਗਿਆ। ਪਰ ਮੈਨੂੰ ਹੱਸਦਿਆਂ ਨੂੰ ਦੇਖ ਸੰਗਤ ਦੇ ਵਿੱਚੋਂ ਇੱਕ ਕਮਜ਼ੋਰ ਜਿਹਾ ਸਿੰਘ ਅੱਗੇ ਆਇਆ ਜਿਸ ਨੇ ਸਿਰ ਉੱਤੇ ਦਸਤਾਰ ਸਜਾਈ ਹੋਈ ਸੀ ਪਰ ਦੇਖਣ ਨੂੰ ਗਰੀਬ ਜਿਹਾ ਲੱਗਦਾ ਸੀ ਤੇ ਉਹ ਕਮਜ਼ੋਰ ਜਿਹਾ ਸਿੰਘ ਛਾਲ ਮਾਰਨ ਦੇ ਲਈ ਰਾਜ਼ੀ ਹੋ ਗਿਆ। ਰੱਬ ਅੱਗੇ ਅਰਦਾਸ ਕਰਨ ਤੋਂ ਬਾਅਦ ਉਸ ਸਿੰਘ ਨੇ ਛਾਲ ਮਾਰ ਦਿੱਤੀ ਤੇ ਸਿੱਧਾ ਸਰੋਵਰ ਦੇ ਵਿੱਚ ਜਾ ਡਿੱਗ ਗਿਆ। ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਗੁਰਦੁਆਰੇ ਤੋਂ ਤੁਰੰਤ ਥੱਲੇ ਉਤਰਿਆ ਤੇ ਥੱਲੇ ਉਤਰਦਿਆਂ ਉਤਰਦਿਆਂ ਸਾਨੂੰ ਕਰੀਬ 10 ਮਿੰਟ ਲੱਗ ਗਏ ਸਨ। ਪਰ ਜਦੋਂ ਅਸੀਂ ਸਰੋਵਰ ਦੇ ਕੋਲ ਪਹੁੰਚੇ ਤਾਂ ਹਲੇ ਤੱਕ
ਤੱਕ ਵੀ ਉਹ ਸਿੰਘ ਪਾਣੀ ਦੇ ਉੱਪਰ ਨਹੀਂ ਆਇਆ ਸੀ ਕਿਉਂਕਿ ਸਰੋਵਰ ਵੀ ਕਾਫੀ ਡੂੰਘਾ ਸੀ ਤੇ ਸਰੋਵਰ ਦੇ ਕੰਢੇ ਖੜੀ ਸੰਗਤ ਜਿਨ੍ਹਾਂ ਨੇ ਉਸ ਸਿੰਘ ਨੂੰ ਸਰੋਵਰ ਦੇ ਵਿੱਚ ਡਿੱਗਦੇ ਦੇਖਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਹੁਣ ਇਸ ਆਦਮੀ ਦੀ ਲਾਸ਼ ਹੀ ਉੱਪਰ ਆਵੇ ਪਰ ਸਾਡੇ ਦੇਖਦਿਆਂ ਹੀ ਦੇਖਦਿਆਂ ਉਹ ਸਿੰਘ ਪਾਣੀ ਦੇ ਉੱਪਰ ਆ ਗਿਆ ਤੇ ਸੰਗਤ ਨੇ ਇੱਕ ਦੂਜੇ ਦੇ ਸਹਿਯੋਗ ਨਾਲ ਉਸ ਨੂੰ ਸਰੋਵਰ ਦੇ ਵਿੱਚੋਂ ਬਾਹਰ ਕੱਢ ਲਿਆ। ਬਾਹਰ ਕੱਢ ਕੇ ਕੁਝ ਲੋਕਾਂ ਨੇ ਉਸ ਸਿੰਘ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਉਸਦੀ ਛਾਤੀ ਨੂੰ ਦੱਬ ਦੱਬ ਕੇ ਉਸਦਾ ਪਾਣੀ ਬਾਹਰ ਕੱਢ ਦਿੱਤਾ ਤੇ ਉਹ ਸਿੰਘ ਉੱਠ ਕੇ ਆਪਣੇ ਪੈਰਾਂ ਤੇ ਖੜਾ ਹੋ ਗਿਆ। ਇਹ ਸਭ ਕੁਝ ਦੇਖ ਕੇ ਮੈਂ ਬਹੁਤ ਸ਼ਰਮਿੰਦਾ ਸੀ ਪਰ ਮੈਂ ਆਪਣੀ ਪਤਨੀ ਦਾ ਹੱਥ ਫੜ ਕੇ ਉਸ ਸਿੰਘ ਵੱਲ ਨੂੰ ਕਰ ਦਿੱਤਾ। ਮੇਰੇ ਚਿਹਰੇ ਦੀ ਸ਼ਰਮਿੰਦਗੀ ਦੇਖ ਕੇ ਉਹ ਸਿੰਘ ਮੁਸਕਰਾਉਣ ਲੱਗਾ ਤੇ ਕਹਿਣ ਲੱਗਿਆ, ਆਪਣੇ ਆਪ ਨੂੰ ਚਲਾਕ ਸਮਝਣ ਵਾਲਿਆ ਭੋਲਿਆ ਮੂਰਖਾ, ਕਿ ਤੈਨੂੰ ਕੀ ਲੱਗਦਾ ਸੀ ਮੈਂ ਇਹ ਛਾਲ ਤੇਰੀ ਪਤਨੀ ਨੂੰ ਪਾਉਣ ਦੇ ਲਈ ਮਾਰੀ ਹੈ? ਮੈਂ ਇਹ ਛਾਲ ਸਿਰਫ ਤੇਰਾ ਹੰਕਾਰ ਤੋੜਨ ਦੇ ਲਈ ਮਾਰੀ ਹੈ। ਤੇਰੀ ਪਤਨੀ ਨੂੰ ਪਾਉਣ ਦੇ ਚੱਕਰ ਦੇ ਵਿੱਚ ਜੇਕਰ ਮੈਂ ਛਾਲ ਮਾਰੀ ਹੁੰਦੀ ਤਾਂ ਇੰਨੀ ਉਚਾਈ ਤੋਂ ਡਿੱਗ ਕੇ ਮੈਂ ਕਦੇ ਵੀ ਨਹੀਂ ਸੀ ਬਚਣਾ। ਪਰ ਛਾਲ ਮਾਰਨ ਤੋਂ ਪਹਿਲਾਂ ਰੱਬ ਦੇ ਅੱਗੇ ਜਿਹੜੀ ਮੈਂ ਅਰਦਾਸ ਕੀਤੀ ਸੀ ਉਸ ਅਰਦਾਸ ਦੇ ਵਿੱਚ ਮੈਂ ਮਨ ਦੇ ਮਨ ਵਿੱਚ ਹੀ ਇਹ ਕਿਹਾ ਸੀ ਕਿ ਹੇ ਸੱਚੇ ਪਾਤਸ਼ਾਹ, ਜੇਕਰ ਤੁਸੀਂ ਮੇਰੀ ਅੱਜ ਜਾਨ ਬਚਾ ਲਵੋਗੇ ਤੇ ਇਸ ਔਰਤ ਨੂੰ ਮੈਂ ਸਦਾ ਦੇ ਲਈ ਆਪਣੀ ਭੈਣ ਬਣਾ ਲਵਾਂਗਾ।